ਤੁਹਾਡਾ ਸਾਰਿਆਂ ਦਾ ਮੇਰੇ ਪੰਜਾਬੀ ਸਟਾਈਲ ਕੁਕਿੰਗ ਚੈਨਲ ਵਿੱਚ ਸਵਾਗਤ ਹੈ। ਕਦੇ-ਕਦੇ ਇਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਕਿ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਹੈ ਤੇ ਸਾਨੂੰ ਬਣਾਉਣ ਦੇ ਲਈ ਕੁਝ ਨਹੀਂ ਸੁੱਝਦਾ ਕਿ ਅਸੀਂ ਕੀ ਬਣਾਈਏ। ਇਹ ਇੱਕ ਅਜਿਹੀ ਸਬਜ਼ੀ ਹੈ ਜੋ ਤੁਸੀਂ ਇਹਨੂੰ ਬਣਾਓਗੇ ਨਾ ਜਦੋਂ ਤੁਹਾਨੂੰ ਇੰਨੀ ਟੇਸਟੀ ਲੱਗੇਗੀ ਕਿ ਤੁਸੀਂ ਇਹਨੂੰ ਬਾਰ-ਬਾਰ ਬਣਾਓਗੇ ਕਿ ਅਸੀਂ ਇਹਨੂੰ ਬਣਾਈਏ। ਆਓ ਅਸੀਂ ਬਣਾਈਏ। ਸਭ ਤੋਂ ਪਹਿਲਾਂ ਅਸੀਂ ਕੜਾਈ ਲਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ। ਸਰੋਂ ਦਾ ਤੇਲ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ। ਇਹਦੇ ਲਈ ਸਾਨੂੰ ਜੋ ਚਾਹੀਦਾ ਹੈ ਉਹ ਇਸ ਤਰ੍ਹਾਂ ਹੈ। ਸਾਨੂੰ ਪਿਆਜ਼ ਤੇ ਹਰੀਆਂ ਮਿਰਚਾਂ ਥੋੜੀਆਂ ਜੀਆਂ ਦਹੀਂ ਵਾਲੀਆਂ ਪਕੌੜੀਆਂ ਜਿਹੜੀਆਂ ਹੁੰਦੀਆਂ ਉਹ ਥੋੜੀ ਜੀ ਮਲਾਈ ਤੇ ਦੁੱਧ ਤੇ ਸਭ ਤੋਂ ਪਹਿਲਾਂ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਪਾ ਦਵਾਂਗੇ ਦੋ ਮੈਂ ਪਿਆਜ਼ ਲਏ ਸੀਗੇ ਮੀਡੀਅਮ ਸਾਈਜ਼ ਦੇ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਹੈ ਉਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਹੈ ਇਸ ਤਰ੍ਹਾਂ ਦੇਖ ਲਓ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਲਾਲ ਹੋਣ ਤੱਕ ਤੇ ਹੁਣ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰਾ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਲਾਲ ਹੋਣ ਤੱਕ ਪਕਾਉਣਾ ਹੈ ਜਦੋਂ ਪਿਆਜ਼ ਲਾਲ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਨਮਕ ਆਪਣੇ ਸਵਾਦ ਅਨੁਸਾਰ ਅੱਧਾ ਚਮਚ ਹਲਦੀ ਦਾ ਅੱਧਾ ਚਮਚੀ ਲਾਲ ਮਿਰਚ ਤੇ ਅੱਧਾ ਚਮਚ ਮੈਂ ਗਰਮ ਮਸਾਲਾ ਪਾ ਦਿੱਤਾ ਹੈ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਦੋਂ ਮਸਾਲੇ ਤੇ ਪਿਆਜ਼ ਚੰਗੀ ਤਰ੍ਹਾਂ ਭੁੰਨ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਆਪਣੀਆਂ ਦਹੀਂ ਵਾਲੀਆਂ ਜਿਹੜੀਆਂ ਪਕੌੜੀਆਂ ਹੈਗੀਆਂ ਸੁੱਕੀਆਂ ਇਹਨਾਂ ਨੂੰ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਜਿਹੜੀ ਆਪਾਂ ਦੁੱਧ ਤੇ ਮਲਾਈ ਰੱਖੀ ਹੋਈ ਹੈ ਇਹਨੂੰ ਵੀ ਅਸੀਂ ਪਾ ਦੇਵਾਂਗੇ ਇਹ ਜਿਹੜੀ ਮਲਾਈ ਆਪਾਂ 2 ਚਮਚ ਲਈ ਹੈ ਤੇ ਅੱਧਿਕ ਕੋਲੀ ਦੁੱਧ ਦੀ ਸੀਗੀ ਦੁੱਧ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਕਿ ਜਿਹੜਾ ਦੁੱਧ ਦਾ ਚੰਗੀ ਤਰ੍ਹਾਂ ਸੁੱਕ ਜਾਵੇ ਇਹ ਸਾਰਾ ਦੁੱਧ ਜਿਹੜਾ ਹੈਗਾ ਪਕੌੜੀਆਂ ਵਿੱਚ ਚੰਗੀ ਤਰ੍ਹਾਂ ਸਮਾ ਜਾਣਾ ਹੈ ਇਹਦੇ ਨਾਲ ਜਿਹੜੀ ਆ ਦਹੀਂ ਵਾਲੀ ਐ ਪਕੌੜੀਆਂ ਹੈਗੀਆਂ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈ ਤੇ ਮਤਲਬ ਜਿਹੜਾ ਮਲਾਈ ਤੇ ਦੁੱਧ ਇਹਦੇ ਵਿੱਚ ਪੂਰਾ ਮਤਲਬ ਅੰਦਰ ਤੱਕ ਚਲ ਜਾਂਦਾ ਹੈ ਤੇ ਸਬਜੀ ਨਹੀਂ ਟੇਸਟੀ ਬਣਦੀ ਹੈ ਤੁਸੀਂ ਮਤਲਬ ਕਿ ਦੋ ਰੋਟੀਆਂ ਖਾਣ ਦੀ ਬਜਾਏ ਨਾ ਚਾਰ ਰੋਟੀਆਂ ਖਾਓਗੇ ਮਤਲਬ ਤੁਹਾਨੂੰ ਇੰਨੀ ਸਵਾਦ ਲੱਗਣੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਵਾਸਤੇ ਬਣਾਣੀ ਕੋਈ ਗੈਸਟ ਵੀ ਆਇਆ ਹੋਵੇ ਮੰਨ ਲਓ ਤੁਸੀਂ ਕੋਈ ਦਾਲ ਸਬਜੀ ਨਾਲ ਬਣਾਈ ਹੈ ਤੁਸੀਂ ਇਹ ਵੀ ਬਣਾ ਸਕਦੇ ਹੋ ਇੱਕ ਨਵੀਂ ਸਬਜੀ ਬਹੁਤ ਜ਼ਿਆਦਾ ਜੰਮੀ ਬਣਦੀ ਹੈ ਤੇ ਲੋ ਜੀ ਜਿਹੜੀ ਸਾਡੀ ਸਬਜੀ ਹੈਗੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਤੁਸੀਂ ਇਹ ਵਾਲੀ ਸਬਜ਼ੀ ਨੂੰ ਫੁਲਕੇ ਨਾਲ ਪਰੌਂਠੇ ਨਾਲ ਖਾ ਸਕਦੇ ਹੋ ਤੇ ਬੱਚਿਆਂ ਨੂੰ ਸਕੂਲ ਟਿਫਨ ਚ ਪਾ ਕੇ ਵੀ ਦੇ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੁਹਾਨੂੰ ਲਾਈਕ ਕਰਿਓ ਥੈਂਕ ਯੂ